ਫੋਨ ਦੇ ਚ ਆਈ ਹੈ, ਪਹਿਲੀ ਦਫਾ ਵੇਖਿਆ ਜੀ। ਕਿਸੇ ਟਾਈਮ ਲੈਜੈਂਡਰੀ ਮੁੱਖ ਮੰਤਰੀ ਗੋਪੀਨਾਥ ਭਾਰਗਵ ਤੋਂ ਸ਼ੁਰੂ ਹੋ ਕੇ ਭੀਮ ਸੈਨ ਸੱਚਰ ਸਾਹਿਬ, ਸਾਹ ਪ੍ਰਤਾਪ ਸਿੰਘ ਕੈਰੋਂ, ਗਿਆਨੀ ਜ਼ੈਲ ਸਿੰਘ ਜੀ, ਸਾਹ ਗੁਰਮੁਖ ਸਿੰਘ ਮੁਸਾਫਰ ਜੀ, ਜਸਟਿਸ ਗੁਰਨਾਮ ਸਿੰਘ ਜੀ, ਸਾਹ ਸੁਰਜੀਤ ਸਿੰਘ ਬਰਨਾਲਾ ਜੀ, ਸਾਹ ਪ੍ਰਕਾਸ਼ ਸਿੰਘ ਬਾਦਲ ਜੀ, ਸਾਹ ਬੇਅੰਤ ਸਿੰਘ ਜੀ, ਕੈਪਟਨ ਅਮਰਿੰਦਰ ਸਿੰਘ, ਸਾਰਿਆਂ ਨੇ ਇੱਕ ਡੈਕੋਰਮ ਮੇਨਟੇਨ ਕਰਕੇ ਹਾਊਸ ਦੇ ਵਿੱਚ ਰੱਖਿਆ ਸੀ। ਇਸ ਤੋਂ ਗੰਭੀਰ ਮੁੱਦੇ ਵੀ ਆਏ, ਇਸ ਤੋਂ ਵੱਧ ਪ੍ਰੋਵੋਕੇਸ਼ਨ ਵੀ ਹੋਈਆਂ, ਬਟ ਕਦੀ ਵੀ ਇਸ ਗਟਰ ਲੈਵਲ ਲੈਂਗੁਏਜ ਦਾ ਇਸਤੇਮਾਲ ਕਦੀ ਕਿਸੇ ਮੁੱਖ ਮੰਤਰੀ ਨੇ ਨਹੀਂ ਸੀ ਕੀਤੀ। ਮੈਂਬਰਾਂ ਵੱਲੋਂ ਹੋ ਸਕਦਾ ਕਿਸੇ ਕੋ ਕਮੀ ਪੇਸ਼ੀਆਂ ਕਿਤੇ ਰਹੀਆਂ ਹੋਣ ਡੈਰੋਗੇਟਰੀ ਸ਼ਬਦਾਂ ਦੇ ਵਿੱਚ। ਚਲੋ ਸਾਨੂੰ ਮਾੜਾ ਚੰਗਾ ਕਹਿ ਲਿਆ, ਸਾਡੇ ਬੱਚਿਆਂ ਨੂੰ ਮਾੜਾ ਚੰਗਾ ਕਹਿ ਲਿਆ, ਪਰਸਨਲ ਅਟੈਕ ਕਰ ਲਏ, ਅਸੀਂ ਉਹ ਵੀ ਜਰ ਲਏ, ਬਟ ਸਾਡੀ ਜਮਾਤ ਇੰਡੀਅਨ ਨੈਸ਼ਨਲ ਕਾਂਗਰਸ, ਸਾਡਾ ਇੱਕ ਬਹੁਤ ਇੰਪੋਰਟੈਂਟ ਵਰਗ, ਸਾਡੇ ਦਲਿਤ ਭਰਾ, ਜਿਨ੍ਹਾਂ ਦਾ ਬਹੁਤ ਵੱਡੇ ਪੈਮਾਨੇ ਵਿੱਚ ਪੰਜਾਬ ਦੇ ਵਿੱਚ ਹਾਈਐਸਟ ਕੌਨਸੈਂਟਰੇਸ਼ਨ ਆਫ ਦਲਿਤ ਇਨ ਇੰਡੀਆ, ਸਾਰੇ ਹਿੰਦੁਸਤਾਨ ਦੇ ਵਿੱਚ ਪੰਜਾਬ ਚ ਤਕਰੀਬਨ 34%। ਸਾਡਾ ਵੀਰ, ਸਾਡਾ ਅਸਟੀਮਡ ਕੁਲੀਗ ਸਾਹ ਸੁਖਵਿੰਦਰ ਸਿੰਘ ਕੋਟਲੀ ਜੀ, ਜਿਹੜੇ MLA ਨੇ ਆਦਮਪੁਰ, ਜਦੋਂ ਇਹ ਬਹਿਸ ਚੱਲ ਰਹੀ ਸੀ ਤੇ ਆਮ ਆਦਮੀ ਪਾਰਟੀ ਦੇ ਇੱਕ MLA ਬਿਲਾਸਪੁਰ ਸਾਹਿਬ ਦਲਿਤ ਵੀਰਾਂ ਦੀ ਕੁਝ ਮੰਗਾਂ ਰੱਖ ਰਹੇ ਸੀ, ਕੁਝ ਸਰਕਾਰ ਦੀ ਤੇ ਮੁੱਖ ਮੰਤਰੀ ਦੀ ਵਾਹ ਵਾਹ ਕਰ ਰਹੇ ਸਨ, ਅਸੀਂ ਵੈਲ ਦੇ ਵਿੱਚ ਨਾਰੇ ਮਾਰ ਰਹੇ ਸੀ ਕਿਸਾਨਾਂ ਦੇ ਹੱਕ ਚ, ਜੋ ਕਿਸਾਨਾਂ ਨਾਲ ਹਰਿਆਣੇ ਦੇ ਬਾਰਡਰਾਂ ਉੱਤੇ ਹੋਇਆ। ਸੁਖਕਰਨ ਸਿੰਘ ਦਾ ਕਤਲ ਹੋਇਆ ਸੀ, 300 ਤੋਂ ਵੱਧ ਫੱਟੜ ਪਿਆ ਸੀ, ਅਸੀਂ ਉਹਨਾਂ ਦੀ ਗੱਲ ਕਿਸਾਨਾਂ ਦੀ ਰੱਖ ਰਹੇ ਸੀ। ਤੇ ਕੋਟਲੀ ਸਾਹਿਬ ਨੇ ਉਸ ਟਾਈਮ ਜਦੋਂ ਬਿਲਾਸਪੁਰ ਸਾਹਿਬ ਨੇ ਜ਼ਿਕਰ ਕੀਤਾ ਤੇ ਕੋਟਲੀ ਸਾਹਿਬ ਨੇ ਚੀਫ ਮਿਨਿਸਟਰ ਸਾਹਿਬ ਨੂੰ ਕਿਹਾ ਕਿ ਚੀਫ ਮਿਨਿਸਟਰ ਸਾਹਿਬ, ਕੇਜਰੀਵਾਲ ਸਾਹਿਬ ਨੇ ਤੇ ਤੁਸੀਂ ਸਰਕਾਰ ਬਣਾਉਣ ਤੋਂ ਪਹਿਲੇ ਇੱਕ ਵਾਅਦਾ ਕੀਤਾ ਸੀ ਦਲਿਤ ਵਰਗ ਦੇ ਨਾਲ ਕਿ ਜੇ ਸਾਡੀ ਸਰਕਾਰ ਬਣੀ, ਆਪ ਦੀ ਸਰਕਾਰ ਬਣੀ, ਮੈਂ ਤੁਹਾਨੂੰ ਯਕੀਨ ਦਵਾਨਾ ਕਿ ਮੁੱਖ ਮੰਤਰੀ ਦੀ ਤੇ ਚੋਇਸ ਅਸੀਂ ਭਗਵੰਤ ਮਾਨ ਦੀ ਕਰ ਚੁੱਕੇ ਹਾਂ, ਬਟ ਇੱਕ ਡਿਪਟੀ ਚੀਫ ਮਿਨਿਸਟਰ ਦਲਿਤ ਵਰਗ ਦਾ ਪੱਕਾ ਹੋਏਗਾ। ਤੋ ਉਹਨਾਂ ਨੇ 6-7 ਵਾਰ ਲਗਾਤਾਰ ਮੇਰੇ ਹੁੰਦਿਆਂ, ਸਾਰੇ ਸਾਡੇ ਸਾਥੀਆਂ ਦੇ ਹੁੰਦਿਆਂ, ਵੈਲ ਦੇ ਵਿੱਚੋਂ ਚੀਫ ਮਿਨਿਸਟਰ ਪੰਜਾਬ ਵੱਲ ਇਸ਼ਾਰਾ ਕਰਕੇ ਉਹਨਾਂ ਨੂੰ ਉੱਚੀ ਆਵਾਜ਼ ਦੇ ਵਿੱਚ ਕਿਹਾ ਕਿ ਦੱਸੋ ਦਲਿਤ ਵਰਗ ਦਾ ਸਾਡਾ ਡਿਪਟੀ ਚੀਫ ਮਿਨਿਸਟਰ ਕਦੋਂ ਬਣਾਓ। ਉਸ ਟਾਈਮ ਤੁਹਾਨੂੰ ਪਤਾ ਉਹ ਦਿਨ ਇੱਕ ਅਜੀਬੋ ਗਰੀਬ ਮੂਡ ਦੇ ਵਿੱਚ ਸਨ ਮੁੱਖ ਮੰਤਰੀ ਸਾਹਿਬ। ਉਸ ਵਕਤ ਉਹਨਾਂ ਨੇ ਇਹ ਗੱਲ ਕਹੀ ਸ਼ਰੇਆਮ ਹਾਊਸ ਦੇ ਵਿੱਚ ਸਾਰਿਆਂ ਦੇ ਹੁੰਦਿਆਂ ਕਿ ਮੈਨੂੰ ਲੱਗਦਾ ਇਹਨੂੰ ਦੌਰਾ ਪੈ ਰਿਹਾ, ਤੇ ਦੌਰਾ ਇਹਨੂੰ ਪੈ ਰਿਹਾ, ਇਹਦੇ ਮੂੰਹ ਨੂੰ ਜੁੱਤੀ ਸੰਘਾਓ। ਜਦੋਂ ਇਹ ਸ਼ਬਦਾਵਲੀ ਇਸਤੇਮਾਲ ਕੀਤੀ ਗਈ, ਸਾਰੇ ਹਾਊਸ ਦੇ ਵਿੱਚ ਸਾਰੇ ਮੈਂਬਰਸ ਨੇ ਯੂਨੈਨਿਮਸਲੀ ਇਹਦੀ ਆਪੱਤੀ ਲਈ। ਅਸੀਂ ਇੱਕ ਪ੍ਰਿਵਿਲੇਜ ਮੋਸ਼ਨ ਉਸੇ ਦਿਨ ਸ਼ਾਮ ਨੂੰ ਸਪੀਕਰ ਸਾਹਿਬ ਨੂੰ ਘੱਲੀ। ਅਗਲੇ ਦਿਨ ਸਵੇਰੇ ਜਦੋਂ ਹਾਊਸ ਸ਼ੁਰੂ ਹੁੰਦਾ, ਮੈਂ ਉੱਠ ਕੇ ਐਜ ਲੀਡਰ ਆਫ ਦੀ ਓਪੋਜੀਸ਼ਨ ਮੈਂ ਮੰਗ ਕੀਤੀ ਕਿ ਪ੍ਰਿਵਿਲੇਜ ਦੀ ਸਾਡੀ ਜਿਹੜੀ ਤੁਹਾਡੇ ਸਾਹਮਣੇ ਅਸੀਂ ਮੂਵ ਕੀਤੀ ਹੈ ਮੁੱਖ ਮੰਤਰੀ ਪੰਜਾਬ ਦੇ ਖਿਲਾਫ, ਉਹ ਜਿਹੜਾ ਨੋਟਿਸ ਹੈ ਉਹਦੇ ਤੇ ਕਾਈਂਡਲੀ ਟਿੱਪਣੀ ਕਰੋ ਤੇ ਸਾਨੂੰ ਦੱਸੋ ਕਿ ਉਹਦੇ ਬਾਰੇ ਤੁਹਾਡਾ ਵਿਊ ਕੀ ਹੈ। ਸਪੀਕਰ ਸਾਹਿਬ ਨੇ ਸਾਨੂੰ ਸਾਰਿਆਂ ਨੂੰ ਯਕੀਨ ਦਵਾਇਆ
ਕਿ ਥੋੜ੍ਹਾ ਜਿਹਾ ਵਕਤ ਦਿਓ, ਮੇਰੇ ਕੋਲ ਪਹੁੰਚ ਚੁੱਕੀ ਪ੍ਰਿਵਲੇਜ ਮੋਸ਼ਨ, ਮੈਂ ਇਹਦੇ 'ਤੇ ਜਲਦੀ 'ਚ ਫੈਸਲਾ ਦਊਂ। ਅੱਜ ਇੱਕ ਹਫ਼ਤਾ ਗੁਜ਼ਰਨ ਤੋਂ ਬਾਅਦ ਲਗਾਤਾਰ ਇੰਟਰਵੀਨਿੰਗ ਪੀਰੀਅਡ ਦੇ ਵਿੱਚ ਹਰ ਰੋਜ਼ ਹੀ ਹਾਊਸ ਦੇ ਵਿੱਚ ਮੇਰੇ ਵੱਲੋਂ ਇਹ ਸਵਾਲ ਉਠਾਇਆ ਗਿਆ, ਇਹੀ ਗੱਲ ਕਹਿ ਕੇ ਬਿਠਾ ਦਿੰਦੇ ਰਹੇ ਕਿ ਯਕੀਨ ਕਰੋ ਮੈਂ ਜ਼ਰੂਰ ਇਹਦੇ 'ਤੇ ਰੂਲਿੰਗ ਦੇਵਾਂਗਾ। ਅੱਜ ਮੈਂ ਬਕਾਇਦਾ ਤੌਰ ਵਿਧਾਨ ਸਭਾ ਦੇ ਰੂਲਸ ਨੂੰ ਕੋਟ ਕਰਕੇ 28 ਸੈਕਸ਼ਨ 2 ਨੂੰ ਕੋਟ ਕਰਕੇ ਗੱਲ ਕਹੀ ਕਿ ਸਪੀਕਰ ਸਾਹਿਬ ਬਕਾਇਦਾ ਤੌਰ ਕਾਨੂੰਨ ਮੰਗ ਕਰਦੇ ਨੇ ਕਿ ਜਿਹੜੀ ਪ੍ਰਿਵਲੇਜ ਮੋਸ਼ਨ ਤੁਹਾਡੇ ਨੋਟਿਸ ਚ ਆਈ ਉਹਦਾ ਜਵਾਬ ਤੁਹਾਨੂੰ ਦੇਣਾ ਪਏਗਾ। ਅੱਜ ਕੋਟਲੀ ਸਾਹਿਬ ਨੇ ਵੀ ਇਹ ਗੱਲ ਕਹੀ, ਹਜ਼ਾਰਾਂ ਸਾਲਾਂ ਤੋਂ ਸਾਡੇ ਨਾਲ ਸਾਡੇ ਜਿਹੜਾ ਵਰਗ ਹੈ ਉਹਦੇ ਨਾਲ ਸ਼ੋਸ਼ਣ ਹੁੰਦਾ ਹੈ। ਸਪੀਕਰ ਸਾਹਿਬ ਆਸ ਉਮੀਦ ਤੇ ਸਾਨੂੰ ਤੁਹਾਡੇ ਤੋਂ ਘੱਟ ਹੈ, ਬਟ ਮੈਂ ਜ਼ਰੂਰ ਆਸ ਕਰਾਂਗਾ ਕਿ ਜੇ ਤੁਸੀਂ ਨਹੀਂ ਵੀ ਜਸਟਿਸ ਦਿਵਾਉਣੀ, ਚੀਫ ਮਿਨਿਸਟਰ ਦੇ ਖਿਲਾਫ ਪ੍ਰਿਵਲੇਜ ਨਹੀਂ ਵੀ ਮੂਵ ਕਰਨੀ, ਤੁਸੀਂ ਕਿਰਪਾ ਕਰਕੇ ਇਹੀ ਕਹਿ ਦਿਓ ਕਿ ਜੋ ਮੁੱਖ ਮੰਤਰੀ ਨੇ ਮੇਰੇ ਬਾਰੇ ਸ਼ਬਦਾਵਲੀ ਇਸਤੇਮਾਲ ਕੀਤੀ ਹੈ ਮੈਂ ਉਹ ਸ਼ਬਦਾਵਲੀ ਨੂੰ ਉਹਨੂੰ ਸਹੀ ਮੰਨਣਾ। ਅਸੀਂ ਘੱਟ ਤੋਂ ਘੱਟ ਘਰ ਜਾਣ ਜੋਗੇ ਹੋਈਏ, ਅਸੀਂ ਦੱਸ ਸਕੀਏ ਆਪਣੇ ਵਰਗ ਨੂੰ, ਆਪਣੇ ਲੋਕਾਂ ਨੂੰ ਕਿ ਇਹ ਜਮਾਤ ਜਿਹੜੀ ਕਹਿੰਦੀ ਸੀ ਅਸੀਂ ਸਾਰਿਆਂ ਨੂੰ ਪਹਿਲੇ ਵੀਕਰ ਸੈਕਸ਼ਨ ਦਾ ਧਿਆਨ ਕਰਾਂਗੇ, ਡੈਪਟੀ ਚੀਫ ਮਿਨਿਸਟਰ ਬਣਾਵਾਂਗੇ, ਗਰੀਬ ਗੁਰਬੇਦ ਨੂੰ ਟੋਪ ਪ੍ਰਾਇਓਰਿਟੀ ਦੇਵਾਂਗੇ, ਇਹ ਪਿੰਡਾਂ ਦੀਆਂ ਸੱਥਾਂ ਵਿੱਚੋਂ ਤੇ ਮੱਲਿਆਂ ਦੀ ਸੱਥਾਂ ਵਿੱਚੋਂ ਸਰਕਾਰ ਚੱਲੇਗੀ, ਅਸੀਂ ਘੱਟ ਤੋਂ ਘੱਟ ਤੁਹਾਡਾ ਸਹੀ ਚਿਹਰਾ ਲੋਕਾਂ ਦੇ ਸਾਹਮਣੇ ਲਿਜਾ ਸਕਾਂਗੇ। ਅੱਜ ਵੀ ਹਾਊਸ ਆਲਮੋਸਟ ਸਾਨੂੰ ਤੇ ਪਤਾ ਹੀ ਹੈ ਬਿਜ਼ਨਸ ਇਹਨਾਂ ਕੋਲ ਹੈ ਕੋਈ ਨਹੀਂ, ਬਾਨਾ ਲਾ ਰਹੇ ਨੇ ਬਹੁਤ ਸਾਰੇ ਇਸ਼ੂਸ। ਆ ਸਾਡੇ ਮੇਰੇ ਕੁਲੀਗ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਨੇ ਵੀ ਅੰਦਰ ਚੁੱਕੇ ਨੇ, ਕਿਸਾਨ ਫੱਟੜ ਪਏ ਨੇ, ਕਿਸਾਨਾਂ ਦੀਆਂ ਮੰਗਾਂ ਮੰਨੀਆਂ ਨਹੀਂ ਜਾ ਰਹੀਆਂ। ਤੁਸੀਂ ਇੱਕ ਮਿਊਟ ਸਪੈਕਟੇਟਰ ਦੀ ਨਹੀਂ, ਤੁਹਾਡੀ ਸਰਕਾਰ ਨੇ ਬਕਾਇਦਾ ਤੌਰ ਰਲ ਕੇ ਹਰਿਆਣੇ ਦੀ ਸਰਕਾਰ ਤੇ ਸੈਂਟਰ ਦੀ ਸਰਕਾਰ ਨਾਲ ਪੰਜਾਬ ਦੀ ਟੈਰੀਟਰੀ ਨੂੰ ਨਾ ਸੇਫਗਾਰਡ ਕੀਤਾ, ਨਾ ਕਿਸਾਨਾਂ ਦੀ ਡਿਮਾਂਡ ਸੇਫਗਾਰਡ ਕੀਤੀ, ਨਾ ਕਿਸਾਨ ਹੀ ਸੇਫਗਾਰਡ ਕੀਤੇ। ਇੱਕ ਦਿਨ ਸਾਨੂੰ ਚਰਚਾ ਵਾਸਤੇ ਦਿਓ। ਤੁਸੀਂ ਇਹ ਮੰਗ ਕੀਤੀ ਸੀ ਗਵਰਨਰ ਐਡਰੈਸ ਤੇ, ਸਾਨੂੰ ਕੋਈ ਟਾਈਮ ਨਹੀਂ ਤੁਸੀਂ ਦਿੱਤਾ, ਇੱਕ ਸੋਚੀ ਸਮਝੀ ਸਾਜਿਸ਼ ਅਧੀਨ। ਚੀਫ ਮਿਨਿਸਟਰ ਖੁਦ ਹਾਊਸ ਨੂੰ ਡਿਸਰਪਟ ਕਰਨ ਵਾਸਤੇ ਆਏ ਸੀ। ਅਸੀਂ ਇਹ ਇੱਕ ਬੜਾ ਗੰਭੀਰ ਚਾਰਜ ਲਗਾ ਰਹੇ ਕਿ ਚੀਫ ਮਿਨਿਸਟਰ ਪੰਜਾਬ ਖੁਦ ਹਾਊਸ ਨੂੰ ਡਿਸਰਪਟ ਕਰਨ ਵਾਸਤੇ ਆਏ ਸੀ, ਨਹੀਂ ਤਾਂ ਸਰਕਾਰਾਂ ਹਮੇਸ਼ਾ ਹਾਊਸ ਨੂੰ ਰਨ ਕਰਦੀਆਂ। ਡਿਸਰਪਸ਼ਨ ਥੋੜੀ ਮੋਟੀ ਓਪੋਜੀਸ਼ਨ ਕਰਦੀ ਹੈ, ਬਟ ਉਦਣ ਸਾਰੇ ਕਾਇਦੇ ਕਾਨੂੰਨ ਭੰਨ ਦਿੱਤੇ ਗਏ, ਕੁਐਸਚਨ ਆਰ ਉਡਾ ਦਿੱਤਾ ਗਿਆ, ਜ਼ੀਰੋ ਆਰ ਉਡਾ ਦਿੱਤਾ ਗਿਆ, ਐਡਜੋਇਨਮੈਂਟ ਮੋਸ਼ਨਸ ਉਡਾ ਦਿੱਤੀਆਂ ਗਈਆਂ, ਸਿੱਧੇ ਆ ਕੇ ਤਾਲਾ ਤੇ ਚਾਬੀਆਂ ਖਿਲਾ ਦਿੱਤੀਆਂ ਗਈਆਂ। ਉਹਦਾ ਮਕਸਦ ਹੀ ਇਹ ਸੀ, ਸਾਨੂੰ ਜੋ ਬਾਅਦ ਸਮਝ ਆਇਆ ਇੱਕ ਸੋਚੀ ਸਮਝੀ ਸਾਜਿਸ਼ ਸੀ ਕਿ ਗਵਰਨਰ ਐਡਰੈਸ ਦੇ ਉੱਤੇ ਓਪੋਜੀਸ਼ਨ ਨੂੰ ਅਸੀਂ ਬੋਲਣ ਨਾ ਦਈਏ, ਹਾਲਾਤ ਇਹੋ ਜਿਹੇ ਕ੍ਰੀਏਟ ਕਰ ਦਈਏ ਕਿ ਵਾ ਵੇਲੇ ਵਿੱਚ ਰਾਮ ਰੌਲੇ ਦੇ ਵਿੱਚ ਇਹ ਹਾਊਸ ਜਿਹੜਾ ਇਹ ਉੱਠ ਜਾਏ। ਉਹੀ ਹੋਇਆ। ਅਨਫੋਰਚੁਨੇਟਲੀ ਤੁਸੀਂ ਵੇਖੋ ਪਹਿਲੇ ਸੈਸ਼ਨ ਤੋਂ ਅਸੀਂ ਇਹ ਗੱਲ ਕਰਦੇ ਹਾਂ, ਹਾਊਸ ਦੇ ਕੈਮਰੇ ਤੁਸੀਂ ਕੰਟਰੋਲ ਕੀਤੇ ਨੇ, ਕੈਮਰਿਆਂ ਦੇ ਜ਼ਰੀਏ ਤੁਸੀਂ ਆਪਣਾ ਨਰੇਟਿਵ ਲੋਕਾਂ ਸਾਹਮਣੇ ਗਲਤ ਪੇਸ਼ ਕਰਦੇ ਹੋ, ਤੁਸੀਂ ਓਪੋਜੀਸ਼ਨ ਨੂੰ ਇੱਕ ਮਾੜੀ ਪਿਕਚਰ ਪ੍ਰੈਜੈਂਟ ਕਰਾਉਂਦੇ ਹੋ ਉਹਨਾਂ ਵੱਲੋਂ। ਸਾਡੇ ਹੀ ਨਾ ਕੋਈ ਚਿਹਰਾ ਮੋਹਰਾ ਆਉਂਦਾ, ਨਾ ਸਾਡੀ ਕੋਈ ਸਾਊਂਡ ਆਉਂਦੀ, ਸਾਊਂਡ ਵੀ ਬੰਦ ਹੁੰਦਾ, ਤੇ ਵਨ ਵੇ ਕੱਲੀ ਭਗਵੰਤ ਮਾਨ ਜੀ ਜਾਂ ਸਪੀਕਰ ਸਾਹਿਬ ਜਾਂ ਇਹਨਾਂ ਦੇ ਮੰਤਰੀ ਜਾਂ ਐਮ ਐਲ ਏ ਦੀ ਜਿਹੜੀ ਵਨ ਵੇ ਲੋਕਾਂ ਦੇ ਨਾਲ ਇਨਰੇਸ਼ਨ ਚੱਲ ਰਹੀ ਹੈ। ਤੋ ਇਸ ਗੱਲ ਕਰ ਅਸੀਂ ਵਾਕਆਊਟ ਕਰਕੇ ਬਾਹਰ ਆਏ, ਅਜੇ ਤੱਕ ਕੋਈ ਇਹਨਾਂ ਸਾਨੂੰ ਮੌਕਾ ਨਹੀਂ ਦਿੱਤਾ। ਮੇਰੇ ਚੰਦ ਸਾਥੀ ਮੇਰੇ ਤੋਂ ਬਾਅਦ ਆਪਣੀ ਗੱਲ ਰੱਖਣਗੇ,
ਕੋਟਲੀ ਸਾਹਿਬ ਵੀ ਰੱਖਣਗੇ, ਵੜਿੰਗ ਸਾਹਿਬ ਵੀ ਬੋਲਣਗੇ, ਉਸ ਤੋਂ ਬਾਅਦ ਆਪਣੇ ਸਾਹਿਬ ਪ੍ਰਗਟ ਸਿੰਘ ਜੀ ਵੀ ਆਪਣੀ ਕੋਈ ਗੱਲ ਰੱਖਣਾ ਚਾਹਣਗੇ। ਪਹਿਲੇ ਵੜਿੰਗ ਸਾਹਿਬ ਦੇਖੋ, ਗੱਲ ਇਸ ਤਰ੍ਹਾਂ, ਇੱਕ ਮਿੰਟ, ਇੱਕ ਰਿਕਾਰਡ ਤਾਂ 100% ਸੀ, ਬਟ ਇਹਨਾਂ ਨੂੰ ਜਦੋਂ ਹੁਣ ਪ੍ਰਿਵਿਲੇਜ ਮੋਸ਼ਨ ਮੂਵ ਹੋਈ, ਅਸੀਂ 100% ਦੀ ਸਮਝਨੇ ਆ ਕਿ ਰਿਕਾਰਡ ਨੂੰ ਇਹਨਾਂ ਡਿਲੀਟ ਕਰ ਦਿੱਤਾ, ਬਿਕੋਜ਼ ਡਿਲੀਸ਼ਨ ਜਿਹੜੀ ਇਟ ਇਜ਼ ਇਨ ਦੀ ਹੈਂਡਸ ਆਫ ਦੀ ਸਪੀਕਰ ਔਨ ਕੈਮਰਾ, ਜਦੋਂ ਕੈਮਰੇ ਇਹਨਾਂ ਦੇ ਕੰਟਰੋਲ ਚ ਨੇ। ਹਾਈ ਕੋਰਟ ਚ ਵੀ ਤੁਹਾਨੂੰ ਪਤਾ ਹੋਏਗਾ, ਮੈਂ ਆਪਣੇ ਵਕੀਲ ਦੇ ਅਰਸ਼ਦੀਪ ਦੇ ਥਰੂ ਹਾਈ ਕੋਰਟ ਚ ਗਏ ਆ, 3-4 ਮਹੀਨਿਆਂ ਤੋਂ ਲਗਾਤਾਰ ਤਰੀਕਾਂ ਪੈ ਰਹੀਆਂ ਨੇ, ਇਹ ਜਵਾਬ ਉੱਥੇ ਦਿੰਦੇ ਨਹੀਂ। ਅਸੀਂ ਚੈਲੰਜ ਕੀਤਾ ਕਿ ਜਾਂ ਕੈਮਰੇ ਟਾਓ ਜਾਂ ਸਾਰਿਆਂ ਵਾਸਤੇ ਫੇਰ ਕਰੋ, ਹਰ ਆਦਮੀ ਦੀ ਉੱਥੇ ਐਕਟੀਵਿਟੀ ਜੋ ਬੋਲਦਾ ਜੋ ਕਰਦਾ ਉਹ ਸਾਹਮਣੇ ਆਉਣੀ ਚਾਹੀਦੀ, ਪਰ ਸਾਨੂੰ ਉੱਥੋਂ ਵੀ ਅਜੇ ਜਸਟਿਸ ਨਹੀਂ ਮਿਲ ਪਾਈ ਹਾਈ ਕੋਰਟ ਦੇ ਵਿੱਚੋਂ। ਤੋ ਜੇ ਸਪੀਕਰ ਸਾਹਿਬ ਨੇ ਚੀਜ਼ ਕੰਸੀਡ ਕੀਤੀ, ਜਾਂ ਤਾਂ ਕਹਿੰਦੇ ਕਿ ਮੈਂ ਪਤਾ ਕਰ ਲਿਆ ਤੇ ਤੁਹਾਡਾ ਤਾਂ ਨੋਟ ਇਹਦੇ ਵਿੱਚ ਕੋਈ ਰਿਕਾਰਡ ਹੀ ਹੈ ਨਹੀਂ, ਤੇ ਉਹਨੇ ਆਪਣੇ ਆਪ ਹੀ ਕਹਿੰਦੇ ਪ੍ਰਿਵਿਲੇਜ ਬਣਦੀ ਨਹੀਂ। ਜੇ ਪ੍ਰਿਵਿਲੇਜ ਐਕਸੈਪਟ ਕੀਤੀ, ਦੈਟ ਮੀਨਸ ਰਿਕਾਰਡ ਇਜ਼ ਦੇਰ, ਹੁਣ ਇਸ ਤੋਂ ਬਾਅਦ ਡਿਸਟਰੋਏ ਕਰ ਦੇਣ ਜਾਂ ਰੱਖ ਲੈਣ, ਇੱਕ ਡਿਫਰੈਂਟ ਕਹਾਣੀ ਹੈ। ਸੋ ਮੈਂ ਹੁਣ ਆਪਣੀ ਗੱਲ ਵੜਿੰਗ ਸਾਹਿਬ ਨੂੰ ਕਹੂੰਗਾ, ਉਹ ਰੱਖਣਾ ਆਪਣੇ, ਉਸ ਤੋਂ ਬਾਅਦ ਪਵਾਰ ਸਾਹਿਬ, ਤੇ ਉਸ ਤੋਂ ਬਾਅਦ ਕੋਟਲੀ ਜੀ ਜਾਂ ਕੋਈ ਹੋਰ ਜਿਹੜਾ ਸਾਥੀ ਕੋਈ ਗੱਲ ਕਰਨਾ ਚਾਹੀਦੀ ਇਜ਼ ਮੋਸਟ ਵੈਲਕਮ। ਸਾਥੀਓ, ਮੈਂ ਤਾਂ ਅੱਜ ਪੰਜਾਬ ਦੇ ਲੋਕਾਂ ਦੇ ਸਾਹਮਣੇ ਇੱਕ ਹੀ ਗੱਲ ਲਿਆਉਣੀ ਚਾਹੁੰਦਾ, ਬਾਕੀ ਸਾਰੀਆਂ ਗੱਲਾਂ ਮੈਨੂੰ ਲੱਗਦਾ ਲਗਭਗ CLP ਸਾਹਿਬ ਨੇ ਤੁਹਾਨੂੰ ਦੱਸ ਦਿੱਤੀਆਂ। ਸਭ ਤੋਂ ਮਹੱਤਵਪੂਰਨ ਗੱਲ, ਅੱਜ ਕਈ ਦਿਨ ਬੀਤ ਜਾਣ ਦੇ ਬਾਅਦ ਪੰਜਾਬ ਦਾ ਜਿਹੜਾ ਕਿਸਾਨ ਹੈ ਉਹ ਪੰਜਾਬ ਦੇ ਬਾਰਡਰਸ ਤੇ ਬੈਠਾ ਹੈ, ਨਿਰੰਤਰ ਉਹ ਸਾਹਮਣੇ ਵਾਲੇ ਜਿਹੜੇ ਹਰਿਆਣਾ ਵਾਲੇ ਜਿਸ ਪ੍ਰਕਾਰ ਦਾ ਉਹਨਾਂ ਦਾ ਤਾਨਾਸ਼ਾਹ ਰਵੱਈਆ ਹੈ ਉਹਨੂੰ ਆਪਦੇ ਪਿੰਡੇ ਤੇ ਝੱਲ ਰਿਹਾ, ਔਰ ਅਨੇਕਾਂ ਸੈਂਕੜੇ ਕਿਸਾਨਾਂ ਦੀਆਂ ਅੱਖਾਂ ਨਿਕਲੀਆਂ, ਸਿਰ ਪਾਟ ਕੇ, ਲੱਤਾਂ ਟੁੱਟ ਗਈਆਂ। ਔਰ ਅੱਜ ਵੀ ਸਪੀਕਰ ਸਾਹਿਬ ਨੇ, ਸਪੀਕਰ ਸਾਹਿਬ ਜ਼ਿਕਰ ਤਾਂ ਬੜੇ ਚੰਗੇ ਤਰੀਕੇ ਨਾਲ ਕਰ ਦਿੰਦੇ ਆ, ਔਰ ਕਈ ਵਾਰੀ ਇਮੋਸ਼ਨਲ ਵੀ ਉੱਤੇ ਹੋ ਜਾਂਦੇ ਆ, ਪੰਜਾਬ ਦੇ ਲੋਕਾਂ ਨੂੰ ਕਹਿੰਦੇ ਆ ਕਿ ਭਾਵੁਕ ਹੋ ਜਾਂਦੇ ਆ। ਅੱਜ ਉਹਨਾਂ ਨੇ ਕਿਹਾ ਕਿ ਨੌਜਵਾਨ ਬੱਚਾ ਜਿਹਦੇ ਹੱਥ 'ਚ ਗੋਲੀ ਲੱਗੀ ਹੈ ਔਰ ਉਹਦੇ ਹੱਸਦੇ, ਔਰ ਅਸੀਂ ਕਹਿ ਕਿ ਅਸੀਂ ਵੀ ਤਨਖਾਹ ਦੀ ਤੁਹਾਡੇ ਹੁਕਮਾਂ ਦੇ ਨਾਲ ਵੀ, ਇਹ ਸਾਡਾ ਫਰਜ਼ ਬਣਦਾ ਸਾਰਿਆਂ ਦਾ ਕਿ ਅਸੀਂ ਉਸ ਨੌਜਵਾਨ ਸਾਥੀ ਦੀ ਮਦਦ ਕਰੀਏ, ਕਰਾਂਗੇ। ਲੇਕਿਨ ਇੰਨੇ ਦਿਨ ਸਦਨ ਚੱਲਿਆ, ਮੁੱਖ ਮੰਤਰੀ ਸਾਹਿਬ, ਕੋਈ ਮਿਨਿਸਟਰ ਇੱਕ ਵੀ ਸ਼ਬਦ ਕਿਸੇ ਕਿਸਾਨ ਦੇ ਹੱਕ ਦੇ ਵਿੱਚ ਨਹੀਂ ਬੋਲਿਆ। ਸ਼ੁਭਕਰਨ ਦੇ ਗੋਲੀ ਵੱਜੀ, ਮੌਤ ਹੋ ਗਈ, FIR ਦੀ ਮੰਗ ਕੀਤੀ, FIR 0 ਨੰਬਰ ਦੀ ਕੱਟ ਕੇ ਖਾਨਾ ਪੂਰਤੀ ਕਰਤੀ, 3 ਕਾਗਜ਼ ਕਾਲੇ ਕਰਤੇ, ਅਦਰਵਾਈਜ਼ ਉਸ FIR ਦਾ ਬਗਰਾੜੀ ਇਸ਼ੂ ਹੋਇਆ। ਜਿੰਨੀਆਂ ਵੀ 0 FIR ਹੈ ਜਾਂ ਬਿਨਾਂ ਬੇਨਾਮੀ ਹੈ ਉਹਨਾਂ ਦਾ ਕੋਈ ਫਾਇਦਾ ਨਹੀਂ ਹੈ, ਔਰ ਕਿਸਾਨ ਤਰਾਸ ਤਰਾਸ ਕਰਦਾ। MSP ਦੀਆਂ ਆਪਾਂ ਗੱਲਾਂ ਕਰਦੇ ਸੀ, ਤੁਹਾਡੇ ਮੰਤਰੀਆਂ ਨੇ, ਮੁੱਖ ਮੰਤਰੀ ਸਾਹਿਬ ਨੇ ਖੁਦ MSP ਦੀ ਗੱਲ ਕਹੀ ਸੀ। ਅੱਜ ਕਿਸਾਨ, ਅੱਜ ਕਿਸੇ ਨੇ ਕੰਜ਼ਿਊਮਰ ਦੀ ਗੱਲ ਕੀਤੀ, ਛੋਟੇ ਦੁਕਾਨਦਾਰ ਦੀ MLA ਨੇ, ਤੇ ਸਪੀਕਰ ਸਾਹਿਬ ਨੇ ਕਿਹਾ ਯਾਰ ਕਿਸਾਨ ਬਾਰਡਰਾਂ ਤੇ ਬੈਠਾ, ਲੜਾਈ ਲੜ ਰਿਹਾ ਆਮ ਕੰਜ਼ੂਮਰ, ਦੇਸ਼ ਦੇ ਆਮ ਜਨਤਾ ਦੀ, ਤੂੰ ਪਰ ਉਹਦੇ ਵਾਸਤੇ ਗੱਲ ਕਰਨ ਲਈ ਤਿਆਰ ਨਹੀਂ। ਅੱਜ ਅਸੀਂ ਮੰਗ ਕੀਤੀ ਹੈ ਮੈਂ ਕਿ ਪੂਰਾ ਇੱਕ ਦਿਨ ਘੱਟੋ ਘੱਟ, ਜੇ ਅੱਜ ਵੀ ਕੋਈ ਬਿਜ਼ਨਸ ਨਹੀਂ ਗਾ, ਵੈਸੇ ਤਾਂ ਗੱਲੀ ਬਾਤੀ ਵਾਲਾ ਕੰਮ ਸੀਗਾ, ਅੱਜ ਵੀ ਕੋਈ ਬਿਜ਼ਨਸ ਨਹੀਂ, ਅੱਜ ਦਾ ਦਿਨ ਰੱਖ ਲੈਂਦੇ ਤੁਸੀਂ, ਬਜਟ ਤੇ ਕੇਵਲ 3 ਘੰਟੇ ਬਹਿਸ ਰੱਖੀ, ਗਵਰਨਰ ਐਡਰੈਸ ਤੇ ਕੇਵਲ 3 ਘੰਟੇ, ਕਿਉਂਕਿ ਤੁਸੀਂ ਖਾਨਾ ਪੂਰਤੀ ਕਰਨੀ ਚਾਹੁੰਦੇ ਸੀ। ਲੇਕਿਨ ਕਿਸਾਨਾਂ ਦਾ ਮੁੱਦਾ ਬੜਾ ਵੱਡਾ ਹੈ, ਕਿਸਾਨਾਂ ਦੀਆਂ ਫਸਲਾਂ ਖਰਾਬ ਹੋ ਗਈਆਂ, ਮੇਰੇ ਇਲਾਕੇ ਦੇ ਭੁੱਚੋ ਦੇ ਵਿੱਚ
ਸਾਡੇ ਬਠਿੰਡਾ ਦਿਹਾਤੀ ਦੇ ਵਿੱਚ ਕੋਟ ਭਾਈ ਦੌਲਾ ਪਿਓਰੀ ਇਹ ਤਮਾਮ ਲੋਕਾਂ ਦੀਆਂ ਗੜੇਮਾਰੀ ਨਾਲ ਫਸਲਾਂ ਖਰਾਬ ਹੋ ਗਈਆਂ। ਇਹਦੇ ਤੇ ਘੰਟਾ ਚਰਚਾ ਹੋਣੀ ਚਾਹੀਦੀ ਹੈ। ਕੀ ਬੰਦੋਬਸਤ ਤੁਸੀਂ ਕੀਤੇ ਨੇ ਮੁਆਵਜ਼ਾ ਦੇਣ ਦੇ? ਡਿਜ਼ਾਸਟਰ ਮੈਨੇਜਮੈਂਟ ਦੇ ਬਾਰੇ ਤੁਸੀਂ ਕੋਈ ਜ਼ਿਕਰ ਨਹੀਂ ਕੀਤਾ। ਪੈਸਾ ਪਿਛਲੇ ਤੁਸੀਂ ਕਹਿੰਦੇ ਸੀ ਵੀ ਅਸੀਂ ਦੇਵਾਂਗੇ, ਹਜੇ ਤੱਕ ਪੁਰਾਣਾ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਮਿਲਿਆ, ਫਿਰ ਇਹ ਮੁਆਵਜ਼ਾ ਕਦੋਂ ਮਿਲੇਗਾ? ਸੋ ਇਹ ਤਮਾਮ ਚੀਜ਼ਾਂ ਕਿਸਾਨੀ ਬੜਾ ਵੱਡਾ ਮੁੱਦਾ ਹੈ। ਤੁਸੀਂ ਕਹਿੰਦੇ ਹੋ ਪੰਜਾਬ ਕਿਸਾਨੀ ਪ੍ਰਧਾਨ, ਮਤਲਬ ਕਿ ਕਿਸਾਨੀ ਪ੍ਰਧਾਨ ਸੂਬਾ ਹੈ, ਸਾਰੇ ਇੱਥੋਂ ਹੀ ਕੰਮ ਚੱਲਦਾ ਹੈ, ਤਾਂ ਫਿਰ ਕਿਸਾਨੀ ਮਸਲੇ ਤੇ ਟਾਈਮ ਕਿਉਂ ਨਹੀਂ ਹੈ? ਆਓ ਸ਼ੁਭਕਰਨ ਦੀ ਗੱਲ ਕਰਾਂਗੇ, ਆਓ ਆਪਾਂ ਤਮਾਮ ਕਿਸਾਨ ਯੂਨੀਅਨ ਦੀ ਗੱਲ ਕਰਾਂਗੇ, ਆਓ ਡਾਇਵਰਸੀਫਿਕੇਸ਼ਨ ਦੀ ਗੱਲ ਕਰਾਂਗੇ। ਜਿਹੜਾ ਤੁਸੀਂ ਡਾਇਵਰਸੀਫਿਕੇਸ਼ਨ ਵਾਸਤੇ ਪੈਸੇ ਹੀ ਬਜਟ ਹੀ ਘਟਾਤਾ, ਆਓ ਆਪਾਂ MSP ਦੀ ਗੱਲ ਕਰਾਂਗੇ। ਕੀਰਾ ਕੀਰਾ ਗੁਨਾਹ ਹੈ ਤੇ ਅੱਗੇ ਕਿਵੇਂ ਲੈ ਕੇ ਜਾਣਾ ਕਿਸਾਨੀ ਨੂੰ, ਆਪਾਂ ਉਹਦੇ ਤੇ ਗੱਲ ਕਰਾਂਗੇ। ਸੋ ਉਹਦੇ ਵਾਸਤੇ ਸਮਾਂ ਦੇਣਾ ਚਾਹੀਦਾ, ਨਾ ਕਿ ਮਗਰ ਮੱਛ ਦੇ ਅਥਰੂ ਐਵੇਂ ਉੱਤੋਂ ਤੁਸੀਂ ਗੱਲਬਾਤ ਕਰਕੇ ਉਹ ਸਾਨੂੰ ਐਵੇਂ ਲੋਕਾਂ ਨੂੰ ਯਕੀਨ ਦਵਾਓ। ਔਰ ਮੈਂ ਆਸ ਕਰਦਾ ਕਿ ਅਗਲੇ ਜਿਹੜਾ ਸੈਸ਼ਨ ਹੋਊਗਾ ਉਹਦੇ ਵਿੱਚ ਤੁਸੀਂ ਜ਼ਰੂਰ ਕਿਸਾਨੀ ਮੁੱਦੇ ਤੇ ਇੱਕ ਦਿਨ ਦੀ ਚਰਚਾ, ਔਰ ਕੇਂਦਰ ਸਰਕਾਰਾਂ ਦੇ ਖਿਲਾਫ, ਦੇਸ਼ ਦੇ ਪ੍ਰਧਾਨ ਮੰਤਰੀ ਦੇ ਖਿਲਾਫ ਅਗਰ ਜ਼ਰੂਰਤ ਹੈਗੀ ਹੈ, ਤੁਹਾਡੇ 'ਚ ਅਗਰ ਜ਼ਰੂਰਤ ਹੈਗੀ ਹੈ, FIR ਤਾਂ ਤੁਸੀਂ ਹਰਿਆਣੇ ਦੇ ਮੰਤਰੀ ਤੇ ਨਹੀਂ ਕਰ ਸਕੇ ਜਿਹਨੇ ਗੋਲੀ ਮਾਰੀ, SP ਅੰਬਾਲਾ ਤੇ SP ਜੀਂਦ ਤੇ FIR ਨਹੀਂ ਕਰ ਸਕੇ। ਤੁਹਾਨੂੰ ਮੈਨੂੰ ਪਤਾ ਡਰਦੇ ਹੋ, ਲੇਕਿਨ ਕਮ ਸੇ ਕਮ ਪ੍ਰਸਤਾਵ ਲੈ ਕੇ ਆਓ ਕਿ ਕੇਂਦਰ ਸਰਕਾਰ ਨੇ ਬੱਜਰ ਗੁਨਾਹ ਕੀਤਾ ਹੈ ਔਰ ਹਰਿਆਣੇ ਦੀ ਸਰਕਾਰ ਨੇ ਬੱਜਰ ਗੁਨਾਹ ਕੀਤਾ ਹੈ ਦੇਸ਼ ਦੇ ਪ੍ਰਧਾਨ ਮੰਤਰੀ ਦੇ ਖਿਲਾਫ, ਦੇਸ਼ ਦੇ ਗ੍ਰਹਿ ਮੰਤਰੀ ਦੇ ਖਿਲਾਫ ਤੇ ਹਰਿਆਣਾ ਦੇ ਮੁੱਖ ਮੰਤਰੀ ਔਰ ਹਰਿਆਣਾ ਪੁਲਿਸ ਔਰ ਹਰਿਆਣਾ ਦੇ ਗ੍ਰਹਿ ਮੰਤਰੀ ਦੇ ਖਿਲਾਫ ਇੱਥੇ ਪ੍ਰਸਤਾਵ ਲੈ ਕੇ ਆਉਣਾ ਚਾਹੀਦਾ, ਇਹ ਅਸੀਂ ਮੰਗ ਕਰਾਂਗੇ। ਮੈਂ ਤਾਂ ਤੁਹਾਡੇ ਨਾਲ ਇੱਕ ਮਾਈਨਿੰਗ ਤੇ ਗੱਲ ਕਰਨੀ ਚਾਹੁੰਦਾ, ਕਿਉਂਕਿ ਮਾਈਨਿੰਗ ਦਰਿਆਵਾਂ 'ਚ ਤਾਂ ਹੁੰਦੀ ਸੁਣੀ ਸੀ, ਲੇਕਿਨ ਮੇਰੇ ਹਲਕੇ 'ਚ ਦਰਿਆ ਵੀ ਕੋਈ ਨਹੀਂ, ਇੱਕ ਛੋਟੀ ਜਿਹੀ ਨਦੀ ਆ। ਤੇ ਮੈਂ ਤੁਹਾਡੇ ਨਾਲ ਕੁਛ ਇਹ ਪਿਕਚਰਸ ਅੱਜ ਦੀਆਂ ਸਾਂਝੀਆਂ ਕਰਨੀਆਂ ਚਾਹੁੰਦਾ। ਮੈਨੂੰ ਲੱਗਦਾ ਕਿ 40 ਫੁੱਟ ਤੋਂ ਲੈ ਕੇ 70-80 ਫੁੱਟ ਤੱਕ ਜਿਹੜੀ ਮਾਈਨਿੰਗ ਹੈ, ਔਰ ਛੋਟੇ ਛੋਟੇ ਜ਼ਿਮੀਂਦਾਰ ਹੈ ਜਿਨ੍ਹਾਂ ਦੇ 2-2, 3-3 ਏਕੜ ਜ਼ਮੀਨ ਆ, ਇੱਕ ਪਾਸੇ ਨਦੀ ਆ, ਪਹਿਲਾਂ ਤੋਂ ਚਿੱਟੀ ਬਈ ਹੁੰਦੀ ਸੀ, ਅੱਜ ਕੱਲ੍ਹ ਉਹਦਾ ਪਾਣੀ ਗੰਧਲਾ ਹੋਇਆ ਆ, ਲੇਕਿਨ 2-2, 3-3 ਏਕੜਾਂ ਵਾਲੇ ਜਿਹੜੇ ਫਾਰਮਰ ਆ, ਕਿਸਾਨ ਹੈ, ਉਹਨਾਂ ਦੇ ਨਾਲ 50-50 ਫੁੱਟ, 70-70 ਫੁੱਟ ਤੱਕ, ਇੱਥੋਂ ਤੱਕ ਵੀ ਇੱਕ ਜਗ੍ਹਾ ਇਹੋ ਜਿਹੀ ਆ ਵੀ ਉੱਥੇ ਬਈ ਉੱਚੀ ਆ, ਅਤੇ ਲੇਕਿਨ ਮਾਈਨਿੰਗ ਜਿਹੜੀ ਆ ਉਹ ਉਦੋਂ ਵੀ ਵੱਧ ਹੋਈ ਆ। ਇਹ ਸਰਕਾਰ ਕਹਿੰਦੀ ਸੀ ਆਉਣ ਤੋਂ ਪਹਿਲਾਂ ਵੀ ਅਸੀਂ ਮਾਈਨਿੰਗ ਤੋਂ ਤਾਂ 20,000 ਕਰੋੜ ਰੁਪਈਆ ਕਮਾ ਲੈਣਾ, 20,000 ਕਰੋੜ ਤਾਂ ਆਇਆ ਹੋਇਆ ਨਹੀਂ, ਲੇਕਿਨ ਇਹਨਾਂ ਨੇ ਇੱਕ ਨਵੀਂ ਪਿਰਤ ਪਾਤੀ ਆ ਕਿ ਜਿਹੜੇ ਆਮ ਪੰਜਾਬ ਦੇ ਵਿੱਚ ਦਰਿਆਵਾਂ ਤੋਂ ਇਲਾਵਾ ਵੀ ਇਹਨੀ ਮਾਈਨਿੰਗ ਜਿਹੜੀ ਸ਼ੁਰੂ ਕਰਾਤੀ ਆ, ਔਰ ਸਰਪ੍ਰਸਤੀ, ਔਰ ਉਹਦੇ ਵਿੱਚ ਇੱਥੇ ਪਹਿਲਾਂ ਇੱਕ ਮਿਸਟਰ ਵਾਲੀਆ ਹੁੰਦਾ ਸੀ, ਇਸ ਹਲਕੇ ਦਾ ਅਕਾਲੀ ਦਲ ਦਾ ਜਿਹੜਾ ਹਲਕਾ ਇੰਚਾਰਜ ਸੀ, ਅੱਜ ਕੱਲ੍ਹ ਉਹ ਕਪੂਰਥਲੇ ਆ, ਔਰ ਨਾਲ ਰਲੀ ਹੋਈ ਆ ਆਮ ਆਦਮੀ ਪਾਰਟੀ ਤੇ ਪੁਲਿਸ ਤੇ ਸਾਰਾ ਪ੍ਰਸ਼ਾਸਨ, ਕਿਉਂਕਿ ਮੈਂ ਸਾਰੇ ਚੈਨਲ ਯੂਜ਼ ਕਰਕੇ DC ਨੂੰ, SSP ਨੂੰ ਜਾਂ ਜਿਹੜੀ ਜਿਹੜੀ ਅਥਾਰਟੀਜ਼ ਆ, ਮੈਂ 1-1.5 ਮਹੀਨਾ ਉਹਨਾਂ ਨੂੰ ਇੱਕੋ ਹੀ ਗੱਲ ਕਹੀ ਕਿ ਤੁਸੀਂ ਇਹਦੇ 'ਤੇ ਐਕਸ਼ਨ ਲਓ ਤਾਂ ਕਿ ਸਾਡਾ ਇਨਵਾਇਰਮੈਂਟ ਜਿਹੜਾ ਬਚਿਆ ਰਹੇ। ਲੇਕਿਨ ਬਦਕਿਸਮਤੀ ਦੀ ਗੱਲ ਹੈ ਕਿ ਇਹਨਾਂ ਨੇ ਇੱਕ ਨਵੀਂ ਪਿਰਤ ਪਾ ਕੇ ਪੰਜਾਬ ਦੇ ਵਿੱਚ ਮਾਈਨਿੰਗ ਨੂੰ ਇਹੋ ਜਿਹਾ ਮੋੜ ਦੇ ਤਾ
ਜਿਹੜਾ ਪੰਜਾਬ ਆ ਉਹ ਬਿਲਕੁਲ ਮਾੜੇ ਪਾਸੇ ਨੂੰ ਜਾ ਰਿਹਾ। ਅੱਜ ਮੈਂ ਹਾਊਸ ਦੇ ਵਿੱਚ ਕਿਹਾ ਇੱਕ ਕਮੇਟੀ ਬਣਾ ਲਓ ਹਾਊਸ ਦੀ, ਔਰ ਮੈਨੂੰ ਲੱਗਦਾ ਇੱਕ ਦੋ ਹੋਰ ਮੈਂਬਰਾਂ ਨੇ ਵੀ ਕਿਹਾ ਹਾਊਸ ਦੀ ਕਮੇਟੀ ਬਣਾ ਕੇ ਆਪਾਂ ਵਿਜ਼ਿਟ ਕਰ ਲਈਏ। ਪਰ ਬਦਕਿਸਮਤੀ ਇਹ ਆ ਕਿ ਸਾਡਾ ਜਿਹੜਾ ਸਪੀਕਰ ਹੈ ਉਹ ਬਿਲਕੁਲ ਸਪਾਈਨਲੈਸ ਔਰ ਫੇਸਲੈਸ, ਮੈਂ ਇਸ ਕਰਕੇ ਕਹਿ ਰਿਹਾ ਵੀ ਜਿਹਦੇ 'ਤੇ ਕੰਨ 'ਤੇ ਜੂ ਨਹੀਂ ਸਰਕਦੀ। ਮੈਨੂੰ ਐਂ ਲੱਗਦਾ ਵੀ ਇਹ ਜਿਹੜੀ ਮਾਈਨਿੰਗ ਆ ਭਗਵੰਤ ਮਾਨ ਜੀ ਦੇ ਘਰੋਂ ਸਿੱਧੀ ਚੱਲਦੀ ਆ, ਇਸ ਕਰਕੇ ਜਿਹੜੇ ਕੰਨ ਮੇ ਗੂੰਗੇ ਆ ਅੰਦਰ ਤਾਂ ਇਹ ਨਹੀਂ ਕੀ ਬੋਲਣਾ, ਕਿਤੇ ਤੁਹਾਨੂੰ ਬੋਲਦੇ ਦਿਸਦੇ ਨਹੀਂ ਹੈ। ਸੋ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਯਾਰ, ਇਹ ਜਿਹੜਾ ਡੈਮੋਕ੍ਰੇਸੀ ਦਾ ਚੌਥਾ ਪਿੱਲਰ ਹੈ, ਕਿਉਂਕਿ ਪੰਜਾਬ ਦੀ ਗੱਲ ਹੈ, ਆਪਣੇ ਬੱਚਿਆਂ ਨੇ ਵੀ ਇੱਥੇ ਰਹਿਣਾ, ਆਪਣੇ ਮੀਡੀਆ ਹਾਊਸਿਸ ਨੂੰ ਵੀ ਕਹੋ, ਕਿਉਂਕਿ ਪੱਤਰਕਾਰ ਦਾ ਕਸੂਰ ਨਹੀਂ ਹੈ। ਇੰਨੇ ਜੇ ਆਪਾਂ ਪੰਜਾਬੀ ਡਰ ਗਏ ਨਾ ਤਾਂ ਆਉਣ ਵਾਲਾ ਸਮਾਂ ਪੰਜਾਬੀਆਂ ਲਈ ਚੰਗਾ ਨਹੀਂ ਹੈਗਾ, ਆਉਣ ਵਾਲੇ ਪੰਜਾਬੀ ਇੱਥੇ ਰਹਿ ਨਹੀਂ ਸਕਣਗੇ। ਸੋ ਮੇਰੀ ਬੇਨਤੀ ਆ, ਪਬਲਿਕ ਇਸ਼ੂ ਆ, ਇਹਦੇ 'ਤੇ ਆਪਾਂ ਇਹਨੂੰ ਪਬਲਿਸਾਈਜ਼ ਕਰਕੇ ਔਰ ਇਹਦੇ ਕੰਕਲੂਜਨ 'ਤੇ ਲੈ ਕੇ ਆਈਏ। ਔਰ ਜਿਹੜੇ ਛੋਟੇ ਛੋਟੇ ਕਿਸਾਨ ਹੈ ਜਿਹਨਾਂ ਦਾ ਐਡਾ ਨੁਕਸਾਨ ਹੋ ਰਿਹਾ, ਕਿਉਂਕਿ ਇੱਕ 5-7 ਘਾਰੇ ਹੋ ਜਾਏ ਆ ਜਿਹਦੇ ਇੱਕ ਪਾਸੇ ਨਦੀ ਆ ਔਰ ਦੂਸਰੇ ਪਾਸੇ, ਔਰ ਉੱਥੇ 50-60 ਫੁੱਟ ਪਾਣੀ ਹਮੇਸ਼ਾ ਜਦੋਂ ਵੀ ਕਿਤੇ ਬਰਸਾਤ ਹੁੰਦੀ ਆ ਉੱਥੇ ਆ ਜਾਂਦਾ। ਉਹ ਕਹਿੰਦੇ ਸਾਨੂੰ ਯਾਰ ਇੱਦਾਂ ਕਰੋ, ਸਾਨੂੰ ਬੇੜੀਆਂ ਬੂੜੀਆਂ ਲੈ ਦਿਓ ਤਾਂ ਕਿ ਅਸੀਂ ਇੱਥੋਂ ਆਪਣੇ ਘਰਾਂ ਤੋਂ ਬਾਹਰ ਤਾਂ ਜਾ ਸਕਾਂਗੇ। ਮੈਂ ਤਾਂ ਤੁਹਾਡੇ ਨਾਲ ਇੰਨੀ ਗੱਲ ਜਿਹੜੀ ਉਹ ਸਾਂਝੀ ਕਰਨੀ ਚਾਹੁੰਦਾ। ਧੰਨਵਾਦ। ਇਹਦੇ ਵਿੱਚ ਜੋ ਪਵਾਰ ਸਾਹਿਬ ਨੇ ਜ਼ਿਕਰ ਕੀਤਾ, ਅਸੀਂ ਸਪੀਕਰ ਸਾਹਿਬ ਨੂੰ ਇੱਥੋਂ ਤੱਕ ਗੱਲ ਕਹਿ ਦਿੱਤੀ ਹੈ ਕਿ ਹਾਊਸ ਕਮੇਟੀ ਬਣਾਓ, ਚੇਅਰਮੈਨ ਤੁਸੀਂ ਬਣ, ਆਲ ਪਾਰਟੀ ਬੰਦੇ ਜਾਣ ਸਾਰੇ ਪੰਜਾਬ ਦੇ ਵਿੱਚ, ਤੁਹਾਨੂੰ ਵਿਖਾਈਏ ਫਿਰ ਮਾਈਨਿੰਗ ਹੁੰਦੀ ਕਿੱਥੇ। ਹੁਣ ਜੇ ਤੁਸੀਂ ਵੀ ਰਾਜ਼ੀ ਨਹੀਂ, ਆਪ ਅੰਡਰ ਦੀ ਚੇਅਰਮੈਨਸ਼ਿਪ ਆਫ ਦੀ ਸਪੀਕਰ ਅਸੀਂ ਰਾਜ਼ੀ ਹਾਂ ਤਾਂ ਤੁਸੀਂ ਕਮੇਟੀ ਦਾ ਗਠਨ ਕਰੋ, ਤੁਸੀਂ ਆਓ, ਆਓ ਤੁਹਾਨੂੰ ਨਾਲ ਲੈ ਕੇ ਚੱਲ ਆਓ ਜੀ। ਕੁਝ ਸਤਿਕਾਰਯੋਗ ਸਾਰੇ ਮੀਡੀਆ ਦੇ ਗਰਮੀ ਸਾਹਿਬਾਨ, ਸਾਰੇ ਦੋਸਤ ਭਰਾ, ਮੈਂ ਤੁਹਾਡਾ ਧੰਨਵਾਦ ਕਰਦਾ। ਔਰ ਜਿਹੜੀ ਮੇਰੇ ਨਾਲ ਔਰ ਸਮੁੱਚੇ ਸਮਾਜ ਦਾ ਜਿਹੜਾ ਅਪਮਾਨ ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਦੀ ਵਿਧਾਨ ਸਭਾ 'ਚ ਕੀਤਾ, ਉਹਦਾ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਔਰ ਪੰਜਾਬ ਦੀ ਵਿਧਾਨ ਸਭਾ ਤੋਂ ਬਾਹਰ ਜਿਹੜਾ ਉਹ ਬਹੁਤ ਤਿੱਖਾ ਪ੍ਰਤੀਕਰਮ ਜਿਹੜਾ ਹੋ ਰਿਹਾ। ਭਗਵੰਤ ਮਾਨ ਜੀ ਦੇ ਵੱਖ ਵੱਖ ਥਾਵਾਂ ਦੇ ਉੱਤੇ ਪੁਤਲੇ ਸਾੜੇ ਜਾ ਰਹੇ ਆ, ਦਲਿਤ ਸਮਾਜ ਵੱਲੋਂ ਵੱਖ ਵੱਖ ਜ਼ਿਲ੍ਹਿਆਂ ਦੇ ਅੰਦਰ ਪ੍ਰੋਟੈਸਟ ਹੋ ਰਹੇ ਨੇ। ਸੋ ਇਸ ਮੁੱਦੇ ਨੂੰ ਲੈ ਕੇ ਅੱਜ ਅਸੀਂ ਜਿਹੜੀ ਮੰਗ ਕੀਤੀ ਆ ਕਿ ਪ੍ਰਿਵਿਲੇਜ ਮੋਸ਼ਨ ਜਿਹੜਾ ਅਸੀਂ ਲੈ ਕੇ ਆਏ ਹਾਂ ਉਹਦੇ ਉੱਤੇ ਕੋਈ ਕਾਰਵਾਈ ਕਰੋ। ਪਰ ਮੁੱਖ ਮੰਤਰੀ ਔਰ ਉਹਨਾਂ ਸੋਰੀ ਉਹਨਾਂ ਦੇ ਸੰਧਵਾ ਸਾਹਿਬ ਜਿਹੜੇ ਸਪੀਕਰ ਸਾਹਿਬ ਨੇ ਉਹਨਾਂ ਵੱਲੋਂ ਕੋਈ ਵੀ ਜਿਹੜੀ ਹੈ ਗੱਲ ਉਹ ਨਹੀਂ ਕੀਤੀ ਗਈ। ਮੈਂ ਤੁਹਾਨੂੰ ਛੋਟੀ ਜਿਹੀ ਵੀਡੀਓ ਸੁਣਾਉਣਾ ਦੁਬਾਰਾ, ਫਿਰ ਸ਼ਾਰਟ ਦੇ ਅੰਦਰ ਇੱਕ ਸਕਿੰਟ ਦੀ ਹੈ ਕਿ ਮੁੱਖ ਮੰਤਰੀ ਸਾਹਿਬ ਮੈਨੂੰ ਤਾਂ ਜੋ ਬੋਲੇ ਹੀ ਬੋਲੇ ਆ ਔਰ ਕਿਸ ਤਰੀਕੇ ਦਾ ਦੁਰਵਿਵਹਾਰ ਜਿਹੜਾ ਉਹ ਕਰਦੇ ਨੇ। ਸਾਨੂੰ ਕਹਿ ਰਿਹਾ ਕਿ ਬੰਦੇ ਦੇ ਪੁੱਤਾਂ ਵਾਂਗੂ ਤੁਸੀਂ ਗੱਲ ਕਰੋ, ਆਈ ਹੈਵ ਓਨ ਰਿਕਾਰਡ ਕਿ ਇਹ ਪ੍ਰਿਵਿਲੇਜ 'ਚ ਨਹੀਂ ਆਉਂਦਾ, ਇਹ ਕਾਹੇ 'ਚ ਨਹੀਂ ਆਉਂਦਾ, ਇਹ ਅਪਮਾਨ 'ਚ ਨਹੀਂ ਆਉਂਦਾ। ਹੁਣ ਜਾਈਏ ਤਾਂ ਜਾਈਏ ਕਿੱਥੇ। ਸੋ ਅਸੀਂ ਡਿਮਾਂਡ ਜਿਹੜੀ ਹੈ ਉਹ ਪੰਜਾਬ ਦੇ ਵਿਧਾਨ ਸਭਾ ਦੇ ਅੰਦਰ ਸਪੀਕਰ ਸਾਹਿਬ ਨੂੰ ਅੱਜ ਵੀ ਕੀਤੀ ਹੈ ਔਰ ਇਸ ਮੁੱਦੇ ਦੇ ਉੱਤੇ ਜਿਹੜਾ ਅਸੀਂ ਵਾਕਆਊਟ ਕੀਤਾ। ਮੈਂ ਧੰਨਵਾਦ ਕਰਨਾ ਚਾਹੁੰਦਾ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦਾ ਔਰ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਜੋ ਸਾਡੇ LOP ਨੇ, ਸਮੁੱਚੇ ਸਾਰੇ MLA ਸਾਹਿਬਾਨ ਦਾ ਕਿ ਜਿਨ੍ਹਾਂ ਨੇ ਇਸ ਮੁੱਦੇ ਦੇ ਉੱਤੇ ਦਲਿਤ ਸਮਾਜ ਦੇ ਨਾਲ ਖੜ ਕੇ ਇਸ ਅਪਮਾਨ ਦਾ ਬਦਲਾ ਲੈਣ ਦੇ ਲਈ ਹਰ ਕੀਮਤ ਅਦਾ ਕਰਨ ਦਾ ਜਿਹੜਾ ਉਹ ਫੈਸਲਾ ਕੀਤਾ। ਸੋ ਤੁਹਾਡੇ ਮਾਧਿਅਮ ਦੇ ਰਾਹੀਂ ਮੈਂ ਕਹਿਣਾ ਚਾਹੁੰਦਾ ਕਿ ਆਉਂਦੇ ਦਿਨਾਂ ਦੇ ਅੰਦਰ, ਕਿਉਂਕਿ ਮੈਂ ਇੱਥੇ ਸੈਸ਼ਨ ਹੋਣ ਕਰਕੇ ਬਹੁਤ ਬਿਜ਼ੀ ਹਾਂ, ਮੈਨੂੰ ਬਹੁਤ ਦੇਸ਼ਾਂ ਵਿਦੇਸ਼ਾਂ ਤੋਂ ਪੰਜਾਬ ਤੋਂ ਪੰਜਾਬ ਤੋਂ ਬਾਹਰ ਤੋਂ ਬਹੁਤ ਜਿਹੜੇ ਆ ਉਹ ਫੋਨ ਆ ਰਹੇ ਨੇ। ਸੋ ਮੈਂ ਇੱਕ ਬਹੁਤ ਅੱਛਾ ਔਰ ਵੱਡਾ ਅੰਦੋਲਨ ਜਿਹੜਾ ਲੋਕ ਦੇਖਣਗੇ
ਕਿ ਇਹ ਅੰਦੋਲਨ ਕਾਂਗਰਸ ਪਾਰਟੀ ਜਿਹੜੀ ਹੈ ਉਹ ਕਰ ਰਹੀ ਹੈ ਦਲਿਤਾਂ ਦੇ ਸਨਮਾਨ ਦੇ ਲਈ, ਔਰ ਜਿਹੜਾ ਭਗਵੰਤ ਮਾਨ ਨੇ ਸਾਡਾ ਅਪਮਾਨ ਕੀਤਾ ਉਹਦਾ ਅਸੀਂ ਬਦਲਾ ਜ਼ਰੂਰ ਲੈ ਕੇ ਜਿਹੜਾ ਉਹ ਰਹਾਂਗੇ ਔਰ ਲੜਾਂਗੇ, ਇਨਸਾਫ਼ ਲੈਣ ਤੱਕ ਲੜਦੇ ਰਹਾਂਗੇ, ਭਾਵੇਂ ਕੋਈ ਵੀ ਕੀਮਤ ਜਿਹੜੀ ਆ ਉਹ ਕਿਉਂ ਨਾ ਜਿਹੜੀ ਆ ਚੁਕਾਉਣੀ ਪਵੇ, ਹਰ ਕੀਮਤ ਦੇ ਉੱਤੇ ਜਿਹੜਾ ਅਸੀਂ ਉਹ ਇਨਸਾਫ਼ ਲੈ ਕੇ ਰਹਾਂਗੇ। ਬਹੁਤ ਬਹੁਤ ਧੰਨਵਾਦ।